ਕਹਿੰਦੇ ਸੋਸ਼ਲ ਮੀਡੀਆ ਦਾ ਸਮਾਂ ਹੈ, ਹਰ ਇੱਕ ਪੜਦਾ ਹੈ ਵੀ ਗੁਰਦਾਸਪੁਰ ਨੂੰ ਜੰਮੂ ਨਾਲ ਮਿਲਾਉਣ ਲੱਗੇ ਨੇ। ਸਰਦਾਰੀਆਂ ਕਿੱਥੋਂ ਭੋਗੋਗੇ? ਆਖੋ ਵਾਹਿਗੁਰੂ ਵਾਹਿਗੁਰੂ। ਇਹ ਖੁੱਲੇ ਦਾੜੇ ਲੈ ਕੇ ਸੜਕਾਂ 'ਤੇ ਕਿਸ ਤਰ੍ਹਾਂ ਘੁੰਮੋਗੇ? ਅੱਜ ਦਿੱਲੀ 'ਚ ਮਾਰਤਾ ਜੇ ਇੱਕ ਮੁੰਡਾ ਰਾੜ ਮਾੜ ਮਾੜ ਕੇ, ਸਿੱਖਾਂ ਦਾ ਕੋ ਕੇ ਮਾਰਿਆ ਜੇ, ਅਤੇ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਉੱਥੇ। ਮਰੀ ਜ਼ਮੀਰ ਵਾਲੇ ਲੋਕ ਲਾਗੋਂ ਦੀ ਮੋਟਰਸਾਈਕਲ ਲੈ ਕੇ ਲੰਘੀ ਗਏ। ਗੁਰੂ ਕੇ ਸਿੱਖ ਨੂੰ ਰਾਡਾਂ ਨਾਲ ਡੰਡਿਆਂ ਨਾਲ ਮਾਰ ਮਾਰ ਕੇ ਕਤਲ ਕਰਤਾ। ਗੁਰੂ ਕੇ ਗ੍ਰੰਥੀ ਦਾ ਪੁੱਤ ਕਦੋਂ ਜਾਗੋਗੇ? ਕਿ ਰੋਜ਼ ਕਥਾ ਸੁਣ ਕੇ ਕੜਾ ਪ੍ਰਸ਼ਾਦ ਲੈ ਕੇ ਮੁੜ ਜਾਇਆ ਕਰੋਗੇ? ਉਸੇ ਦਿੱਲੀ ਦੀ ਸਟੇਜ 'ਤੇ ਦਾਸ ਨੇ ਪਿਛਲੇ ਸਾਲ ਕਿਹਾ ਸੀ, ਸਿੱਖੋ ਤੁਹਾਡਾ ਇੱਕੋ ਹੀ ਚੀਜ਼ ਰਾਖਾ ਜੇ ਗੁਰੂ ਦਾ ਬਖਸ਼ਿਆ ਹੋਇਆ ਸ਼ਸਤਰ। ਉੱਥੇ ਕਹਿ ਕੇ ਆਇਆ ਸਾਂ, ਬਿਨਾਂ ਸ਼ਸਤਰ ਕੇਸੰਗ ਨਰੰਗ ਭੇਡ ਜਾਣੋ, ਬਿਨਾਂ ਸ਼ਸਤਰ ਕੇਸੰਗ ਭੇਡ ਜਾਣੋ। ਇੱਕ ਨਰ ਨੂੰ ਸ਼ਸਤਰ ਨਹੀਂ ਜਿਹਦੇ ਕੋਲ ਤੇ ਕੇਸ ਸੰਪੂਰਨ ਨਹੀਂ, ਉਹਨੂੰ ਭੇਡ ਜਾਣੋ ਭੇਡ। ਗਹਿ ਕਾਨ ਤਾਂ ਕੋ ਕਿਤੇ ਲੈ ਸਧਾਨੋ। ਇੱਕ ਇੱਕ ਦਿੱਲੀ ਦੀ ਸਟੇਜ ਤੇ ਕਹਿ ਕੇ ਆਇਆ ਸਾਂ, ਸਿੱਖੋ ਤੇਗ ਤੋਂ ਬਿਨਾਂ ਹੁਣ ਤੁਰਿਆ ਨਾ ਕਰੋ, 84 ਯਾਦ ਰੱਖੋ। ਤੁਹਾਡੇ ਗਲਾਂ 'ਚ ਕਿਤਨਾ ਟਾਇਰ ਪਾਏ, ਉਹੋ ਹੀ ਬਦ ਨਸੀਬ ਤਰੀਕ 4 ਤਰੀਕ 3 ਤਰੀਕ ਉਸੇ ਨਵੰਬਰ ਦੀ ਜਦੋਂ ਗਲਾਂ 'ਚ ਟਾਇਰ ਪਏ ਸੀ, ਉਹੋ ਹੀ ਦਿਨ ਫਿਰ ਦੁਹਰਾਇਆ ਗਿਆ ਉਹਨਾਂ ਸੜਕਾਂ ਦੇ ਉੱਤੇ। ਆ ਕੁੜੀ ਨੂੰ ਸਿੱਧੀ ਕਰ, ਉਹਨਾਂ ਸੜਕਾਂ ਦੇ ਉੱਤੇ ਫਿਰ ਉਸ ਤਰ੍ਹਾਂ ਸਿੱਖ ਮਾਰਿਆ ਗਿਆ। ਕੋਈ ਜਾਗਦੇ ਹੋ ਗੁਰੂ ਕੇ ਸਿੱਖੋ? ਮੈਂ ਕੀ ਕਹਿ ਰਿਹਾ, ਇੱਥੇ ਵੀ ਪੰਜਾਬ 'ਚ ਤੁਸੀਂ ਸੇਫ ਨਹੀਂ ਜੇ ਸ਼ਸਤਰ ਤੋਂ ਬਿਨਾਂ। ਤੇਗ ਲੈ ਕੇ ਤੁਰੋ ਸੜਕ 'ਤੇ, ਧੀਆਂ ਤੇਗ ਲੈ ਕੇ ਤੁਰੋ, ਤਾਂ ਕਿ ਕੋਈ ਪਾਪੀ ਤੁਹਾਡੀ ਪੱਤ ਵੱਲ ਨਾ ਵੇਖ ਸਕੇ।